ਸਤਿ ਸ਼੍ਰੀ ਅਕਾਲ ਜੀ। ਅਸੀਂ ਅੱਜ ਪੰਜਾਬ ਦੇ ਵਿੱਚ ਜੰਡਿਆਲਾ ਦੇ ਏਰੀਏ ਦੇ ਵਿੱਚ ਸਾਡੇ ਇੱਕ ਜ਼ਿਮੀਂਦਾਰ ਹੈ ਜੋ ਆਪਣਾ ਜਿਨ੍ਹਾਂ ਨੇ ਖੇਤੀ ਕਰ ਰੱਖੀ ਹੈਗੀ ਉਹਦੇ ਵਿੱਚ ਆਪਣੇ ਵੈਸਟੀ ਦੇ ਬਾਇਓ ਔਰਗੈਨਿਕ ਪ੍ਰੋਡਕਟ ਯੂਜ ਕੀਤੇ, ਇਹਨਾਂ ਨੂੰ ਕੀ ਰਿਜ਼ਲਟ ਆਇਆ ਹੈਗਾ ਅਤੇ ਕਿਹੜੀ ਜਗ੍ਹਾ ਤੋਂ ਹੈ, ਇਹਨਾਂ ਦਾ ਕੀ ਨਾਮ ਹੈਗਾ ਅਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਮੈਂ ਮੰਗਲ ਜੀ, ਆਓ ਤੁਸੀਂ। ਹਾਂਜੀ ਭਾਅ ਜੀ, ਜਿਹੜੇ ਤੁਸੀਂ ਪ੍ਰੋਡਕਟ ਯੂਜ ਕੀਤਾ, ਕਿਹੜਾ ਕਿਹੜਾ ਪ੍ਰੋਡਕਟ ਯੂਜ ਕੀਤਾ ਥੋੜ੍ਹਾ ਦੱਸੋਗੇ ਉਹਦੇ ਬਾਰੇ ਵਿੱਚ? ਕੀ ਨਾਮ ਹੈਗਾ ਭਾਅ ਜੀ ਤੁਹਾਡਾ? ਮੇਰਾ ਸੁਰਿੰਦਰ ਸਿੰਘ। ਸੁਰਿੰਦਰ ਸਿੰਘ, ਵੈਸਟੀ ਦਾ ਐਗਰੋ 82 ਅਤੇ ਐਗਰੀ ਹਿਊਮਿਕ ਗ੍ਰੈਨੂਅਲ, ਇਹ ਤੁਸੀਂ ਪ੍ਰੋਡਕਟ ਯੂਜ ਕੀਤਾ ਆਪਦੇ ਖੇਤ ਵਿੱਚ, ਤੁਹਾਨੂੰ ਇਹ ਪ੍ਰੋਡਕਟ ਯੂਜ ਕਰਨ ਤੋਂ ਬਾਅਦ ਕਿਵੇਂ ਦਾ ਮਹਿਸੂਸ ਹੋ ਰਿਹਾ? ਵਧੀਆ ਲੱਗਾ ਜੀ। ਠੀਕ ਹੈ, ਵਧੀਆ ਨੂੰ ਤੁਸੀਂ ਕਿਵੇਂ ਦੱਸੋਗੇ ਵੀ ਕੀ ਚੀਜ਼ ਵਧੀਆ ਲੱਗੀ ਆ? ਡੰਗ ਜ਼ਿਆਦਾ ਨਿਕਲਿਆ ਗਿਆ, ਫੁੱਲ ਜ਼ਿਆਦਾ ਨਿਕਲ ਰਿਹਾ ਗਿਆ ਜਾਂ ਹਰ ਇੱਕ ਚੀਜ਼ ਦੇ ਵਾਸਤੇ ਵਧੀਆ ਜੀ? ਠੀਕ ਹੈ ਜੀ, ਫੁੱਲ ਫਲਾਵਰ ਵੀ ਵਧੀਆ ਵਾ, ਬੱਲਾਂ ਵਾਸਤੇ ਵੀ ਵਧੀਆ ਹੈਗਾ ਵਾ। ਠੀਕ ਹੈ ਜੀ, ਹਾਂ ਫਲ ਵੀ ਬਹੁਤ ਵਧੀਆ ਦੇ ਦਿੰਦੇ ਆ ਜੀ। ਠੀਕ ਹੈ, ਤੇ ਜਿਵੇਂ ਤੁਸੀਂ ਦੱਸ ਰਹੇ ਸੀ ਜ਼ਮੀਨ ਵੀ ਪੋਲੀ ਸਾਨੂੰ ਨਜ਼ਰ ਆ ਰਹੀ ਹੈਗੀ ਆ, ਉਹ ਪਹਿਲਾਂ ਅੱਗੇ ਪਿਛਲੇ ਅੱਗੇ ਦੇ ਸਾਲ ਵੀ ਲਾਏ ਉਹ ਤੋਂ ਬਹੁਤ ਜ਼ਿਆਦਾ ਜ਼ਮੀਨ ਸਖਤ ਸੀ। ਅੱਛਾ, ਹਾਂਜੀ, ਇਹ ਖਾਦ ਪਾਉਣ ਨਾਲ ਬਹੁਤ ਫਰਕ ਪੈ ਗਿਆ। ਠੀਕ ਹੈ, ਠੀਕ ਹੈ, ਜਿਵੇਂ ਕਿ ਐਗਰੀ 82 ਦੇ ਨਾਲ ਜਿਹੜਾ ਹੈਗਾ ਆਪਾਂ ਯੂਜ ਕਰਦੇ ਹਾਂ ਜ਼ਮੀਨ ਨੂੰ ਪੋਲੀ ਕਰਨ ਦਾ ਹੈਗਾ, ਅਤੇ ਇਹਨਾਂ ਨੇ ਇਹਨੂੰ ਯੂਜ ਕੀਤਾ ਅਤੇ ਹੁਣ ਇਹ ਕੱਸੀਆਂ ਚਲਾ ਰਹੇ ਸੀਗੇ ਅਤੇ ਬੜੇ ਆਰਾਮ ਨਾਲ ਜਿਹੜਾ ਹੈਗਾ ਮਿੱਟੀ ਪੱਟੀ ਜਾ ਰਹੀ ਹੈਗੀ ਆ, ਜਿਹਦੀ ਕਿ ਨੋਰਮਲ ਜੇ ਆਪਾਂ ਇਸ ਨੂੰ ਨਾ ਪਾਇਆ ਹੋਵੇ ਤਾਂ ਕੱਸੀਆਂ ਚੱਲਦਾ ਨਹੀਂ ਹੈਗਾ। ਸਹੀ, ਐਵੇਂ ਹੀ ਗੱਲ ਹੈਗੀ ਆ? ਠੀਕ ਹੈ, ਅਤੇ ਥੋੜ੍ਹਾ ਜਿਹਾ ਮੰਗਲ ਜੀ ਤੁਸੀਂ ਇਹਨਾਂ ਥੋੜ੍ਹਾ ਜਿਹਾ ਆਪਣੇ ਫਸਲ ਨੂੰ ਦਿਖਾਓ। ਹੈ ਇਹ ਇਹਨਾਂ ਨੇ ਖੀਰਾ ਲਾ ਰੱਖਿਆ ਹੈਗਾ, ਖੀਰੇ ਦੀ ਇਹ ਖੇਤੀ ਵਿੱਚ ਜਿਹੜਾ ਹੈਗਾ ਪ੍ਰੋਡਕਟ ਯੂਜ ਕੀਤਾ ਹੈਗਾ, ਅਤੇ ਇਹਨਾਂ ਅਸੀਂ ਦੇਖ ਰਹੇ ਹੈਗੇ ਹਾਂ ਨੇੜੇ ਤੇੜੇ ਅਸੀਂ ਏਰੀਏ ਵਿੱਚ ਵੀ ਖੀਰੇ ਦਾ ਅੱਜ ਦੇਖਿਆ ਹੈਗਾ, ਉਹਨਾਂ ਦੇ ਇੰਨੇ ਡੰਗ ਨਹੀਂ ਚੱਲੇ ਹੋਏ ਗਏ ਜਦੋਂ ਕਿ ਇਹਨਾਂ ਦੇ ਵਿੱਚ ਬਹੁਤ ਵਧੀਆ ਵੇਲਾਂ ਨੇ ਗਰੋਥ ਕਰੀ ਹੋਈ ਹੈਗੀ ਆ। ਸੋ ਬਾਕੀ ਕਿਸਾਨ ਭਰਾ ਵੀ ਜਿਹੜਾ ਹੈਗਾ ਇਸ ਪ੍ਰੋਡਕਟ ਨੂੰ ਬਾਇਓ ਔਰਗੈਨਿਕ ਪ੍ਰੋਡਕਟ ਹੈਗਾ, ਸਭ ਤੋਂ ਪਹਿਲਾਂ ਤਾਂ ਅਸੀਂ ਬਾਇਓ ਔਰਗੈਨਿਕ ਪ੍ਰੋਡਕਟ ਯੂਜ ਕਰਦੇ ਹਾਂ ਜਿਹਦੇ ਨਾਲ ਕੀ ਹੈਗਾ ਅਸੀਂ ਇੱਕ ਦੇਸ਼ ਸੇਵਾ ਵੀ ਕਰਦੇ ਹੈਗੇ ਹਾਂ। ਜੇ ਚੰਗਾ ਪ੍ਰੋਡਕਟ ਯੂਜ ਕਰਕੇ ਬਿਨਾਂ ਜ਼ਹਿਰ ਤੋਂ ਪ੍ਰੋਡਕਟ ਯੂਜ ਕਰਕੇ ਜੇ ਅਸੀਂ ਫਸਲ ਤਿਆਰ ਕਰਦੇ ਹੈਗੇ ਹਾਂ ਉਹਦੇ ਨਾਲ ਖਾਣ ਵਾਲੇ ਬੰਦਿਆਂ ਦਾ ਵੀ ਫਾਇਦਾ ਹੁੰਦਾ ਹੈਗਾ ਤਾਂ ਕਿ ਉਹ 'ਚ ਜ਼ਹਿਰ ਨਹੀਂ ਹੁੰਦੇਗੀ। ਅਤੇ ਭਾਈ ਸਾਹਿਬ ਤੁਸੀਂ ਦੂਸਰੇ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸਾਰਿਆਂ ਨੂੰ ਵਰਤਣੀ ਚਾਹੀਦੀ ਹੈ, ਬਹੁਤ ਵਧੀਆ ਚੀਜ਼ ਹੈਗੀ ਜੀ। ਠੀਕ ਹੈ, ਅਤੇ ਮੈਂ ਚਾਹੂੰਗਾ ਵੀ ਤੁਸੀਂ ਨਾ ਜਿਵੇਂ ਇੱਕ ਜਿੱਥੇ ਕਰੜੀ ਦੀ ਜਗ੍ਹਾ ਹੈਗੀ ਉੱਥੇ ਕੱਸੀਏ ਦਾ ਦੁੱਧ ਟੱਪ ਮਾਰ ਕੇ ਦਿਖਾਓ ਵੀ ਕਿੰਨਾ ਕੁ ਫਰਕ ਜਿਹੜਾ ਹੈਗਾ ਤੁਹਾਨੂੰ ਲੱਗ ਰਿਹਾ ਹੈਗਾ, ਥੋੜ੍ਹਾ ਜਿਹਾ ਦਿਖਾਓ ਜੀ। ਐਂ ਮੰਗਲ ਜੀ ਮੇਰਾ ਵੀਡੀਓ ਬਣਾ ਲਿਓ, ਚੱਲਣ ਦਿਓ ਕੰਟੀਨਿਊ। ਇਹ ਦੇਖੋ ਜੀ ਜਿਹੜਾ ਹੈਗਾ ਇਸ ਤਰੀਕੇ ਨਾਲ ਇਹਨਾਂ ਦਾ ਜਿਹੜਾ ਹੈਗਾ ਬੜੇ ਆਰਾਮ ਨਾਲ ਜਿਹੜਾ ਕੱਸੀਆ ਜਿਹੜਾ ਹੈਗਾ ਟੱਪ ਲੱਗ ਰਿਹਾ ਹੈਗਾ। ਪਿਛਲੇ ਸਾਲ ਜਿਵੇਂ ਤੁਸੀਂ ਇਸ ਤੋਂ ਪਹਿਲਾਂ ਕਿਵੇਂ ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ, ਤੁਹਾਨੂੰ ਕਿੰਨਾ ਕੁ ਫਰਕ ਨਜ਼ਰ ਲੱਗ ਰਿਹਾ ਹੈਗਾ ਉਹਦੇ 'ਚ? ਬਹੁਤ ਜ਼ਿਆਦਾ ਫਰਕ ਲੱਗ ਰਿਹਾ ਜੀ। ਠੀਕ ਹੈ ਜੀ, ਅਤੇ ਚਲੋ ਜੀ ਆਪਾਂ ਜਿਹੜਾ ਹੈਗਾ ਇਹ ਪ੍ਰੋਡਕਟ ਯੂਜ ਕੀਤਾ। ਹਾਂਜੀ ਭਾਈ ਸਾਹਿਬ ਤੁਸੀਂ ਵੀ ਆਪਦਾ ਵਿਊ ਦੇ ਦਿਓ। ਇਹ ਸਾਡੇ ਧਰਮਿੰਦਰ ਜੀ ਹੈਗੇ ਆ ਜਿਨ੍ਹਾਂ ਨੇ ਇਹਨਾਂ ਨੂੰ ਪ੍ਰੋਡਕਟ ਯੂਜ ਕਰਵਾਇਆ ਸੀਗਾ। ਹਾਂਜੀ, ਇਹ ਅਤੇ ਕਿਸੇ ਨੇ ਵੀ ਪ੍ਰੋਡਕਟ ਇਸ ਏਰੀਏ ਵਿੱਚ ਲੈਣਾ ਹੋਵੇ ਅਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੈਗੇ। ਹਾਂਜੀ, ਹੈ ਤੁਸੀਂ ਆਪਦਾ ਨੰਬਰ ਦੱਸ ਦਿਓ। ਮੇਰਾ ਨਾਮ ਧਰਮਿੰਦਰ ਸਿੰਘ ਹੈ ਅਤੇ ਮੈਂ ਜੰਡਿਆਲਾ ਗੁਰੂ ਅਤੇ ਭੰਗਵਾਂ ਪਿੰਡ ਦੇ ਰਹਿਣ ਵਾਲਾ ਜੀ। ਅਤੇ ਪਲੱਸ ਆਹ ਜ਼ਿਮੀਂਦਾਰ ਭਰਾ ਨੂੰ ਉਹਨਾਂ ਨੇ ਦਿੱਤਾ ਸੀ ਅਤੇ ਉਹਨਾਂ ਨੇ ਮੈਨੂੰ ਰਿਜ਼ਲਟ ਯੂਜ਼ ਕਰਕੇ ਅਤੇ ਬਹੁਤ ਵਧੀਆ ਉਹਨਾਂ ਨੂੰ ਲੱਗਾ ਅਤੇ ਉਹਨਾਂ ਨੇ ਤੁਹਾਨੂੰ ਦੱਸ ਦਿੱਤਾ ਕਿ ਸਾਰਿਆਂ ਨੂੰ ਯੂਜ਼ ਕਰਨਾ ਚਾਹੀਦਾ, ਇੱਕ ਤਾਂ ਜ਼ਹਿਰ ਰਹਿਤ ਅਤੇ ਇੱਕ ਕੁਆਲਿਟੀ ਵਧੀਆ ਅਤੇ ਲੋਕਾਂ ਦਾ ਭਲਾ ਹੁੰਦਾ ਵਾ, ਕਿਉਂਕਿ ਅਸੀਂ ਯੂਰੀਆ ਪਾ ਪਾ ਕੇ ਆਪਣੀ ਜ਼ਮੀਨਾਂ ਨੂੰ ਕਲਰਾ ਕੀਤਾ ਵਾ ਅਤੇ ਉਹਨਾਂ ਨੂੰ ਅਸੀਂ ਯੂਰੀਆ ਨੂੰ ਛਡਾ ਕੇ ਅਤੇ ਗ੍ਰੈਨੂਅਲ ਜਿਹੜੀ ਖਾਦ ਜਿਹੜੀ ਬਾਇਓ ਆ ਉਹ ਖਾਦ ਵਿੱਚ ਅਸੀਂ ਉਹਨੂੰ ਕਰ ਸਕਦੇ। ਅਤੇ ਜਿਵੇਂ ਕਿ ਹੁਣ ਇਹ ਆਪਾਂ ਖੀਰੇ ਦੇ ਵਿੱਚ ਦੇਖਿਆ ਹੈਗਾ ਤਾਂ ਖੀਰੇ ਦੇ ਵਿੱਚ ਕੀ ਹੁੰਦਾ ਹੈਗਾ, ਮੋਸਟਲੀ ਆਪਾਂ ਦੇਖਦੇ ਹੈਗੇ ਹਾਂ ਵੀ ਥੋੜ੍ਹਾ ਚਿਰ ਵੱਲਾਂ ਚੱਲਣ ਤੋਂ ਬਾਅਦ ਪੀਲੀਆਂ ਪੈ ਜਾਂਦੀਆਂ ਹੈਗਾ, ਫੰਗਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈਗੀ ਆ। ਅਤੇ ਮੈਂ ਇਹ ਵੀ ਗੱਲ ਕਹਿਣਾ ਚਾਹੂੰਗਾ ਬਾ ਕਿਸਾਨ ਭਰਾਵਾਂ ਨੂੰ ਵੀ ਜਿਵੇਂ ਹੀ ਖੀਰੇ ਦੇ ਹੁਣ ਜਿਵੇਂ ਇਹ ਵੱਲਾਂ ਚੱਲਣੀਆਂ ਸਟਾਰਟ ਹੋ ਚੁੱਕੀਆਂ ਹੈਗਾ, ਇਹਦੇ ਵਿੱਚ ਆਪਣਾ ਇੱਕ ਪ੍ਰੋਟੈਕਟ ਦੇ ਨਾਮ ਤੋਂ ਫੰਗੀਸਾਈਡ ਹੁੰਦਾ ਜੋ ਕਿ ਆਪਣਾ ਬਾਇਓ ਫੰਗੀਸਾਈਡ ਹੈਗਾ ਜਿਹ 'ਚ ਜ਼ਹਿਰ ਨਹੀਂ ਹੈਗਾ, ਜਿਹੜਾ 45 ਦਿਨ ਤੱਕ ਅਸਰ ਕਰਦਾ ਹੈਗਾ। ਅਤੇ ਜੇ ਆਪਾਂ ਇੱਕ ਇੱਕ ਮਹੀਨੇ ਵਿੱਚ ਦੋ ਵਾਰੀ ਆਪਾਂ 2 ਮਹੀਨਿਆਂ ਦੇ ਵਿੱਚ ਇਹਨੂੰ ਯੂਜ ਕਰਦੇ ਹਾਂ ਤਾਂ ਜਿਹੜੀ ਫੰਗਸ ਵਾਲੀ ਦਿੱਕਤ ਹੈਗੀ ਆ ਜਿਹਦੇ ਨਾਲ ਵੱਲਾਂ ਰੁਕ ਜਾਂਦੀਆਂ ਹੈਗੀਆਂ ਉਹ ਦਿੱਕਤ ਬਿਲਕੁਲ ਨਹੀਂ ਆਊਗੀ ਅਤੇ ਵੱਲਾਂ ਲਗਾਤਾਰ ਜਿਹੜੀਆਂ ਕਿ ਚੱਲਦੀਆਂ ਰਹਿਣਗੀਆਂ ਅਤੇ ਫਲ ਫਲੱਕਾ ਬਹੁਤ ਦੇਣਗੀਆਂ। ਥੈਂਕ ਯੂ, ਵਿਸ਼ ਯੂ ਵੈਲਥ। ਫੋਨ ਨੰਬਰ ਮੇਰਾ ਹੈ 9998129133। ਦੁਬਾਰਾ ਫਿਰ ਦੱਸ ਦਿਓ ਕਰੀਏ। 9998129133।